ਵੈਲਕਮ ਬੈਕ ਐਂਡ ਸਬਸਕ੍ਰਾਈਬ ਟੂ ਯੋਰ ਓਨ YouTube ਚੈਨਲ ਪ੍ਰੋਫੈਸਰ ਕੇ ਪੁਸ਼ਪਿੰਦਰ ਸਿੰਘ ਆ ਟਿਊਟਰ ਹੂ ਲਰਨਸ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਦਾ ਆਈਕਨ ਦਬਾਓ ਲਾਈਕ ਕਮੈਂਟ ਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਤੇ ਅਸਲਾਮ ਵਾਲੇਕੁਮ ਗ੍ਰੀਟਿੰਗਸ ਆਫ ਦਾ ਡੇ 25 ਸਤੰਬਰ 2020 ਪੰਜਾਬ ਬੰਦ ਅਤੇ ਪੇਪਰ ਰੱਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ GNDU ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਕੀ ਫੈਸਲੇ ਲਏ ਹਨ ਕਿਸ ਤਰ੍ਹਾਂ ਹੋਵੇਗੀ ਤਬਦੀਲੀ ਅਤੇ ਆਓ ਆਪਾਂ ਇਹ ਵੀਡੀਓ ਅੰਤ ਤੱਕ ਦੇਖਦੇ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਕਿ ਖਬਰਾਂ ਦਾ ਸੱਚ ਕੀ ਹੈ ਕਿ ਪੰਜਾਬ ਵਿੱਚ ਨੈੱਟ ਬੰਦ ਰਹੇਗਾ ਕਿ ਪੰਜਾਬ ਵਿੱਚ ਯੂਨੀਵਰਸਿਟੀ ਐਗਜ਼ਾਮ ਕੈਂਸਲ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਤਾਂ ਉਹ ਆਪਾਂ ਦੇਖਦੇ ਹਾਂ ਖਬਰਾਂ ਦਾ ਸੱਚ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਉਸਦਾ ਕੀ ਕਹਿਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਐਗਜ਼ਾਮਸ ਆਪਣੇ ਪੋਸਟਪੋਨਡ ਕਰ ਦਿੱਤੇ ਹਨ ਤੁਸੀਂ ਜਿਹੜੀ ਨੋਟੀਫਿਕੇਸ਼ਨ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਉਹਨੂੰ ਸੱਜੇ ਹੱਥ ਵੀਡੀਓ ਦੇ ਪੜ੍ਹ ਵੀ ਸਕਦੇ ਹੋ ਅਤੇ ਇਹਦੀ ਵੀਡੀਓ ਦੀ ਲਿੰਕ ਜਿਹੜਾ ਹੈ ਇਸ ਨੋਟੀਫਿਕੇਸ਼ਨ ਦੀ ਵੀਡੀਓ ਜਿਹੜੀ ਆਪਾਂ ਰਿਲੀਜ਼ ਕੀਤੀ ਸੀ ਕੁਝ ਘੰਟੇ ਪਹਿਲਾਂ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ ਆਪਾਂ ਦੇਖਦੇ ਹਾਂ ਹੁਣ ਦੂਸਰੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਦੇ ਇੱਕ ਓਫੀਸ਼ੀਅਲ ਆਪਾਂ ਨੀਚੇ ਦੇਖੋ ਤੁਸੀਂ ਸੱਜੇ ਹੱਥ ਮੈਂ ਲਿਖਿਆ ਰਿਸੀਵਡ ਦਿਸ ਮੈਸੇਜ ਇਨ ਐਨ ਓਫੀਸ਼ੀਅਲ ਗਰੁੱਪ ਦੇ ਵਿੱਚ ਮੈਸੇਜ ਆਇਆ ਕਿ ਇਨ ਵਿਊ ਆਫ ਕਾਲ ਫੋਰ ਪੰਜਾਬ ਬੰਦ ਟਮੋਰੋ ਦੈਟ ਇਜ਼ 25 ਸਪਟੈਂਬਰ 2020 ਆਲ ਟੀਚਰਸ ਐਂਡ ਸਪੋਰਟ ਸਟਾਫ ਆਰ ਐਡਵਾਈਜ਼ਡ ਟੂ ਵਰਕ ਫਰੋਮ ਹੋਮ ਪੋਲਿਸੀ ਵੇਅਰ ਐਜ਼ ਐਗਜ਼ਾਮੀਨੇਸ਼ਨਸ ਵਿਲ ਬੀ ਹੈਲਡ ਔਨਲਾਈਨ ਐਜ਼ ਪਰ ਸ਼ੈਡਿਊਲਡ ਤੁਹਾਡਾ ਕੋਈ ਪੇਪਰ ਕੈਂਸਲ ਨਹੀਂ ਹੋਇਆ ਕੱਲ੍ਹ ਬੱਚਿਆਂ ਦਾ ਪੇਪਰ ਹੋਊਗਾ ਔਰ ਜਿਹੜੇ ਤੁਹਾਡੇ ਨੋਡਲ ਅਫਸਰ ਔਰ ਚੀਫ ਕੋਆਰਡੀਨੇਟਰ ਕੋਆਰਡੀਨੇਟਰਸ ਨੇ ਉਹ ਘਰ ਬੈਠ ਕੇ ਹੀ ਤੁਹਾਡਾ ਪੇਪਰ ਲੈਣਗੇ ਤੁਹਾਡੇ ਨਾਲ ਰਾਬਤਾ ਕਾਇਮ ਕਰਨਗੇ ਪੰਜਾਬ ਯੂਨੀਵਰਸਿਟੀ ਦਾ ਇਹ ਕਹਿਣਾ ਤਾਂ ਪੰਜਾਬ ਯੂਨੀਵਰਸਿਟੀ ਦਾ ਕੱਲ੍ਹ ਪੇਪਰ ਹੋ ਕੇ ਹੀ ਰਹੇਗਾ ਨੈਕਸਟ ਯੂਨੀਵਰਸਿਟੀ ਆਉਂਦੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਈ ਵੀ ਨੋਟੀਫਿਕੇਸ਼ਨ ਇਹਨਾਂ ਨੇ ਪਬਲਿਸ਼ ਨਹੀਂ ਕੀਤੀ ਕੋਈ ਪੋਸਟਪੋਨਮੈਂਟ ਦੇ ਰਿਗਾਰਡਿੰਗ ਕੁਝ ਵੀ ਇਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਨਹੀਂ ਪਾਇਆ ਹਾਲੇ ਤੱਕ ਮੈਂ ਉਡੀਕ ਕਰ ਰਿਹਾ ਸੀ ਕਿ ਹੋ ਸਕਦਾ ਰਾਤੀ 10:30 ਵਜੇ ਤੱਕ ਇਹਨਾਂ ਦਾ ਕੋਈ ਨੋਟੀਫਿਕੇਸ਼ਨ ਆ ਜਾਵੇ ਪਰ ਇਸ ਸਮੇਂ ਤੱਕ ਵੀ ਇਹਨਾਂ ਦੀ ਕੋਈ ਨੋਟੀਫਿਕੇਸ਼ਨ ਨਹੀਂ ਆਈ ਤਾਂ ਓਫੀਸ਼ੀਅਲ ਨੋਟੀਫਿਕੇਸ਼ਨ ਇਹੀ ਹੈ ਕਿ ਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 25 ਸਪਟੈਂਬਰ 2020 ਨੂੰ ਕੋਈ ਪੇਪਰ ਹੈ ਤਾਂ ਉਹ ਹੋ ਕੇ ਹੀ ਰਹੂਗਾ ਔਨਲਾਈਨ ਹੋਊਗਾ ਔਰ ਜਿਹੜੀ ਤੁਸੀਂ ਨਿਊਜ਼ ਇੱਕ ਉੱਥੇ ਦੇਖ ਰਹੇ ਹੋ ਚੈਨਲਸ ਦੇ ਉੱਤੇ ਦੇਖ ਰਹੇ ਹੋ ਕਿ ਨੈੱਟ ਜਿਹੜਾ ਆ ਉਹ ਬੰਦ ਰਹੂਗਾ ਉਹ ਬਿਲਕੁਲ ਗਲਤ ਨਿਊਜ਼ ਹੈ ਉਹ ਐਡਿਟ ਕੀਤੀ ਹੋਈ ਨਿਊਜ਼ ਹੈ ਉਹ ਲੋਕਡਾਊਨ ਦੇ ਦੌਰਾਨ ਬਹੁਤ ਵਾਰੀ ਰਿਲੀਜ਼ ਕੀਤੀ ਗਈ ਸੀਗੀ ਅਤੇ ਜੇ ਇਹੋ ਜਿਹੀ ਕੋਈ ਵੀ ਚੀਜ਼ ਹੁੰਦੀ ਤਾਂ ਪੰਜਾਬ ਪੁਲਿਸ ਦਾ ਜਿਹੜਾ ਕਮਿਸ਼ਨਰੇਟ ਗਰੁੱਪ ਹੈ ਉਸ ਗਰੁੱਪ ਤੋਂ ਜ਼ਰੂਰ ਮੈਸੇਜ ਆ ਜਾਂਦਾ ਹੁੰਦਾ ਕਿਉਂਕਿ ਮੇਰਾ ਇੱਕ ਬ੍ਰਦਰ ਜਿਹੜਾ ਆ ਉਹ ਪੰਜਾਬ ਪੁਲਿਸ ਦੇ ਵਿੱਚ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਿਹਾ ਤਾਂ ਉਹਨੂੰ ਗਰੁੱਪ ਦੇ ਵਿੱਚੋਂ ਮੈਸੇਜ ਮਿਲ ਜਾਂਦਾ ਤਾਂ ਆਪਾਂ ਨੂੰ ਉਹ ਇਨਫੋਰਮੇਸ਼ਨਸ ਵੀ ਮਿਲ ਜਾਂਦੀਆਂ ਔਰ ਪੰਜਾਬ ਪੁਲਿਸ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੇ ਫੇਸਬੁੱਕ ਦੇ ਉੱਤੇ ਪੇਜ ਬਣਾਏ ਹੋਏ ਨੇ ਸਾਰੇ ਜ਼ਿਲ੍ਹਿਆਂ ਦੇ ਕਮਿਸ਼ਨਰਸ ਦੇ ਪੇਜ ਨੇ ਪੰਜਾਬ ਪੁਲਿਸ ਕਮਿਸ਼ਨਰੇਟ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਲਿਖੋਗੇ ਤਾਂ ਫੇਸਬੁੱਕ ਦੇ ਉੱਤੇ ਉਹਦਾ ਪੇਜ ਆ ਜੂਗਾ ਤਾਂ ਉੱਥੇ ਓਫੀਸ਼ੀਅਲ ਨੋਟੀਫਿਕੇਸ਼ਨ ਉਹ ਪਾਉਂਦੇ ਆ ਤਾਂ ਕੋਈ ਇਹੋ ਜਿਹੀ ਨੋਟੀਫਿਕੇਸ਼ਨ ਨਹੀਂ ਇਸ ਲਈ ਤੁਸੀਂ ਟੈਨਸ਼ਨ ਨਹੀਂ ਲੈਣੀ ਸਿਰਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੇਪਰ ਜਿਹੜਾ ਆ ਉਹ ਰੱਦ ਨਹੀਂ ਹੋਇਆ ਪੋਸਟਪੋਨ ਹੋਇਆ ਉਹ ਹੋਊਗਾ 14 ਅਕਤੂਬਰ ਨੂੰ ਅਤੇ ਇੱਕ ਹੋਰ ਉਹਨਾਂ ਦਾ ਪੇਪਰ ਜਿਹੜਾ ਪੋਸਟਪੋਨ ਹੋਇਆ ਉਹਦੇ ਲਈ ਤੁਸੀਂ ਉਹਦੀ ਵੀਡੀਓ ਦਾ ਲਿੰਕ ਜਿਹੜਾ ਹੈ ਉੱਪਰ ਆਈ ਬਟਨ ਦੇ ਵਿੱਚ ਆ ਗਿਆ ਆ ਉੱਪਰ ਦੇਖੋ ਆਈ ਬਟਨ ਉਹਦੇ ਵਿੱਚ ਉਹਦਾ ਵੀਡੀਓ ਦਾ ਲਿੰਕ ਆ ਉਹਨੂੰ ਧਿਆਨ ਨਾਲ ਦੇਖੋ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਹਦਾ ਵੀਡੀਓ ਦਾ ਲਿੰਕ ਮੈਂ ਰੱਖ ਦੂੰਗਾ ਤੁਸੀਂ ਆਪਣੇ ਪੇਪਰ ਵਧੀਆ ਤਰੀਕੇ ਨਾਲ ਕਰੋ ਝੂਠੀਆਂ ਖਬਰਾਂ 'ਤੇ ਵਿਸ਼ਵਾਸ ਨਹੀਂ ਕਰਨਾ ਜਦ ਕੋਈ ਓਫੀਸ਼ੀਅਲ ਨੋਟੀਫਿਕੇਸ਼ਨ ਆਉਂਦੀ ਹੈ ਸਿਰਫ ਉਹਦੇ 'ਤੇ ਵਿਸ਼ਵਾਸ ਕਰੋ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ